ਸਪੈਸ਼ਲ ਟਾਸਕ ਫੋਰਸ ਨੇ ਦੋ ਅਲੱਗ ਅਲੱਗ ਮਾਮਲਿਆਂ 'ਚ 1 ਕਿਲੋ 130 ਗ੍ਰਾਮ ਹੈਰੋਇਨ ਸਮੇਤ 4 ਆਰੋਪੀਆਂ ਨੂੰ ਕਾਬੂ ਕੀਤਾ ਹੈ। AIG STF ਸੁਨੇਹਦੀਪ ਸ਼ਰਮਾ ਨੇ ਦੱਸਿਆ ਕਿ STF ਲੁਧਿਆਣਾ ਦੀ ਟੀਮ ਵੱਲੋਂ ਪ੍ਰਤਾਪ ਚੌਕ ਦੇ ਕੋਲ ਦੇਰ ਰਾਤ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਦੋ ਆਰੋਪੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 1 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਆਰੋਪੀਆਂ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੋਨੋਂ ਆਰੋਪੀ ਖੁਦ ਵੀ ਹੈਰੋਇਨ ਦਾ ਨਸ਼ਾ ਕਰਨ ਦੇ ਆਦੀ ਸਨ ਅਤੇ ਕਰੀਬ 2 ਸਾਲਾਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ। ਇੱਕ ਹੋਰ ਮਾਮਲੇ ਵਿੱਚ STF ਨੇ ਬਸਤੀ ਜੋਧੇਵਾਲ ਚੌਕ ਦੇ ਨੇੜੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਦੋ ਆਰੋਪੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਆਰੋਪੀਆਂ ਖਿਲਾਫ਼ ਥਾਣਾ ਟਿੱਬਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਇਹ ਆਦਮੀ ਫਰਦਰ ਜੋ ਪਾਕਿਸਤਾਨ ਸੇ ਕੰਸਾਈਨਮੈਂਟਸ ਆਤੀ ਹੈ ਉਸਮੇ ਸੇ ਪਾਰਟ ਲੇਤੇ ਥੇ ਔਰ ਉਨਕੋ ਫਰਦਰ ਆਪਣੇ ਨੈਟਵਰਕ ਕੇ ਥਰੂ ਕੰਜ਼ਿਊਮਰ ਤੱਕ ਡਿਸਟ੍ਰੀਬਿਊਟ ਕਰਤੇ ਥੇ। ਇਹ ਇਨਕਾ 1-to-1 ਕੰਟੈਕਟ ਥਾ ਜੀ, ਜਿਸਕੇ ਜ਼ਰੀਏ ਜੇ ਇਨਕਾ ਕਲਾਇੰਟੇਜ ਬੇਸ ਥਾ ਉਸਕੋ ਜੇ ਸਪਲਾਈ ਕਰਤੇ ਥੇ। ਵਟਸਐਪ ਕਾਲਿੰਗ ਕੈਸੇ? ਹਾਂ, ਯੇ ਵਟਸਐਪ ਕਾਲ ਯੂਜ਼ ਕਰਤੇ ਥੇ। ਜ਼ਿਆਦਾ ਲੇਕੇ ਕਹਾਂ ਸੇ ਥੇ? ये इनका जो अभी तक हमें पता चला है ये अलग अलग जगह से लेके आ रहे थे। तरन तारण से भी लाते थे, कपूरथला से भी लाते थे, फिरोजपुर से भी लाते थे। जहाँ पे इनको सप्लाई मिल जाए वहाँ से ले आते थे। कितनी देर से कर रहे हैं ये? 2-3 साल से इस काम में इन्वॉल्व है। जैसे लोकसभा चुनाव नजदीक है, ऐसा कोई सप्लाई में था जिनका कुछ नहीं? ऐसा कोई बात सामने नहीं आई है जी, ये अपने रेगुलर इसी काम में थे 2-3 साल से। जी, दो हमने पकड़ लिए हैं, ये दो, एक आदमी और हमको इसमें वांटेड है जो फर्दर हमको लीड करेगा। अंतर्राष्ट्रीय कीमत इसके बारे में मैं कोई कमेंट नहीं करूंगा जी, क्योंकि कोई इसकी कोई कीमत नहीं होती है। ये कोई ब्रांडेड चीज़ तो नहीं है जिसकी हम कीमत बता सकते हैं आपको। ये डिमांड एंड सप्लाई के हिसाब से कभी बढ़ गई कभी कम होगी। ब्यूरो रिपोर्ट, लुधियाना व्यू।